ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੀਦਾ ਕਮੈਂਟ ਆਇਆ ਸੀ ਮੈਂ ਪਹਿਲਾਂ ਬਸਟ ਦੇ ਅਕੋਰਡਿੰਗ ਤੀਰਾ ਕਿੰਨਾ ਲੈਣਾ ਮੋਢਾ ਕਿੰਨਾ ਲੈਣਾ ਮੈਂ ਇਹਦਾ ਵੀ ਆ ਦੇਖੋ ਚਾਰਟ ਪਹਿਲਾਂ ਬਣਾ ਕੇ ਇਹਦੀ ਵੀਡੀਓ ਪਹਿਲਾਂ ਅਪਲੋਡ ਕੀਤੀ ਸੀਗੀ ਛਾਤੀ ਦੇ ਹਿਸਾਬ ਨਾਲ ਪੂਰੀ ਪਰਫੈਕਟ ਫਿਟਿੰਗ ਆਉਂਦੀ ਹੈ ਛਾਤੀ ਕਿੰਨੀ ਛਾਤੀ ਨੂੰ ਭਾਰੀ ਹਲਕੇ ਨਾਪ ਤੋਂ ਲੈ ਕੇ ਭਾਰੀ ਨਾਪ ਤੱਕ ਤੇ ਆਪਾਂ ਕਿੰਨੀ ਛਾਤੀ ਨੂੰ ਕਿੰਨਾ ਤੀਰਾ ਲੈਣਾ ਕਿੰਨਾ ਮੋਢਾ ਲੈਣਾ ਇਹਦੇ ਮੈਂ ਵੀਡੀਓ ਬਣਾਈ ਹੋਈ ਆ ਪਹਿਲਾਂ ਅਪਲੋਡ ਕੀਤੀ ਹੋਈ ਆ ਤੇ ਫਿਰ ਦੀਦ ਦਾ ਕਮੈਂਟ ਆਇਆ ਸੀ ਵੀ ਇਹਦਾ ਝਾਟ ਬਣਾਓ ਆਪਣਾ ਪਲੇਟਸ ਦਾ ਭਾਰੀ ਤੋਂ ਭਾਰੀ ਨਾਪ ਆ ਆ ਦੇਖੋ ਭਾਰੀ ਤੋਂ ਭਾਰੀ ਨਾਲ ਹਲਕੇ ਤੋਂ ਹਲਕਾ ਨਾਪ ਭਾਰੀ ਤੋਂ ਭਾਰੀ ਨਾਪ ਆ ਆਪਾਂ ਕਿੰਨੇ ਤੇ ਪਲੇਟਾਂ ਪਾਉਣੀਆਂ ਨੇ ਤੇ ਡਿਸਟੈਂਸ ਆਪਾਂ ਕਿੰਨੀ ਦੇਣੀ ਆ ਜਿਹੜੀ ਆਪਾਂ ਇਧਰੋਂ ਸਾਈਡ ਤੋਂ ਦੰਨੇ ਹੁੰਨੇ ਹਨਾ ਤੇ ਇਹ ਪਹਿਲਾਂ ਮੈਂ ਤੁਹਾਨੂੰ ਆਹ ਦੱਸ ਦੰਨੀ ਆ ਪਹਿਲਾਂ ਦੇਖੋ ਲੰਬਾਈ ਜਿਹਨੇ ਜਿਵੇਂ ਆਪਾਂ ਲੰਬਾਈ 'ਚ 3 ਪਲੱਸ ਕਰ ਲੈਨੇ ਆ ਤੇ ਹੈਪ ਦੇ ਵਿੱਚ 3 ਪਲੱਸ ਕਰਕੇ ਆਪਾਂ ਫੋਲਡ ਕਰਕੇ ਕੱਪੜਾ ਇਦਾਂ ਰੱਖ ਲੈਨੇ ਹੁੰਨੇ ਆ ਆ ਕੱਪੜਾ ਰੱਖ ਲੈਣਾ ਆਪਾਂ ਇਧਰੋਂ ਫੋਲਡ ਸਾਈਡ ਤੋਂ ਫਿਰ ਆਪਾਂ ਇਧਰੋਂ ਤੀਰਾ ਮੋਢਾ ਲਾਉਨੇ ਆ ਤੇ ਹੁਣ ਆਪਾਂ ਛਾਤੀ ਦੇ ਹਿਸਾਬ ਨਾਲ ਤੀਰਾ ਕਿੰਨਾ ਲੈਣਾ ਮੋਢਾ ਕਿੰਨਾ ਲੈਣਾ ਮੇਰੀ ਇਹ ਵੀਡੀਓ ਅਪਲੋਡ ਕੀਤੀ ਹੋਈ ਆ ਮੈਂ ਲਿੰਕ ਭੇਜ ਦੂੰਗੀ ਜੇਕਰ ਨਾ ਮਿਲੇ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਲਾਈਕ ਜਰੂਰ ਕਰਦੇ ਆ ਕਰੋ ਜੀਕਰ ਤੁਹਾਨੂੰ ਪਸੰਦ ਆਉਂਦੀ ਹੁੰਦੀ ਹੈ ਵੀਡੀਓ ਫਿਰ ਮੈਨੂੰ ਬਹੁਤ એનર્ਜੀ ਮਿਲਦੀ ਆ ਫੇਰ ਹੀ ਹੋਰ ਬਣਾਉਣ ਨੂੰ ਬਹੁਤ ਦਿਲ ਕਰਦਾ ਵਾ ਤੇ ਹੁਣ ਆਪਾਂ ਨੇ ਦੇਖੋ ਪਲੇਟਾਂ ਪਾਉਣੀਆਂ ਨੇ ਹਲ ਇਧਰੋਂ ਲਈ ਸਾਈਡ ਤੋਂ ਆਹ ਫੋਲਡ ਸਾਈਡ ਤੋਂ ਇੱਥੋਂ ਆਪਾਂ ਨੇ ਲਾਉਣੀ ਹੁੰਦੀ ਆ ਪਲੇਟ ਦਾ ਇਧਰ ਨੂੰ نیچے ਨੂੰ ਨਿਸ਼ਾਨ ਆ ਦੇਖੋ ਇਦਾਂ ਪਿਆ ਨਾ ਕੱਪੜਾ ਲੰਬਾਈ 'ਚ 3 ਪਲੱਸ ਕਰ ਲਿਆ ਹੈਪਰ ਦੇ ਵਿੱਚ 3 ਪਲੱਸ ਕਰਕੇ ਆਪਾਂ ਨੇ ਕੱਪੜਾ ਫੋਲਡ ਕਰਕੇ ਰੱਖ ਲਿਆ ਤੇ ਇਧਰਲੀ ਸਾਈਡ ਫੋਲਡ ਆ ਉਧਰਲੀ ਸਾਈਡ ਆ ਖੁੱਲੀ ਆ ਤੇ ਇਧਰਲੀ ਸਾਈਡ ਤੋਂ ਹੁਣ ਆਪਾਂ ਐਨ ਬਿਲਕੁਲ ਕਾਣ ਕੱਢ ਕੇ ਇੱਥੋਂ ਤੀਰਾ ਲਾਉਣਾ ਹੁੰਦਾ ਤੇ ਹੁਣ ਆਪਾਂ ਅੱਜੇ ਲਾਉਨੇ ਆ ਪਲੇਟਾਂ ਪਲੇਟਾਂ ਦੇ ਨਿਸ਼ਾਨ ਦੇਖਣੇ ਆ ਬਸਟ ਅਕੋਰਡਿੰਗ ਪਲੇਟਸ ਆ ਦੇਖੋ ਛਾਤੀ ਦੇ ਹਿਸਾਬ ਨਾਲ ਪਲੋਈਆਂ ਹੁਣ ਆ ਹਲਕੇ ਤੋਂ ਹਲਕਾ ਨਾਪਾ ਇੱਥੇ ਤੱਕ ਭਾਰੀ ਤੋਂ ਭਾਰੀ ਨਾਪਾ ਕਿੰਨੇ ਆਪਾਂ ਛਾਤੀ ਨੂੰ ਕਿੰਨੇ ਤੇ ਪਾਉਣੀਆਂ ਨੇ ਪਲੇਟਾਂ ਤੇ ਆਹ ਪਲੇਟਸ ਜਿੰਨੀ ਆਪਾਂ ਐਸ ਲੋਟ ਨੂੰ नीचे नु लंबाई च किन्नियां ਪਾਉਣੀਆਂ ਨੇ ਤੇ ਜਿਹੜੀ ਆ ਪਰ ਡਿਸਟੈਂਸ ਦੰਨੇ ਆ ਇਥੋਂ ਫੋਲਡ ਸਾਈਡ ਤੋਂ ਇਧਰ ਨੂੰ ਪਲੋਈ ਦੇ ਵਿੱਚ ਘਾਰ ਡਿਸਟੈਂਸ ਕਿੰਨੀ ਹੋਣੀ ਚਾਹੀਦੀ ਆ ਇਹ ਵਾਲੀ ਆ ਡਿਸਟੈਂਸ ਦੱਸੀ ਹੋਈ ਆ ਵਾਲੀ ਆ ਪਲੋਈ ਦੇ ਵਿੱਚ ਡਿਸਟੈਂਸ ਇੰਨੀ ਇਦਾਂ ਦੱਸੀ ਹੋਈ ਆ ਨਾਲ-ਨਾਲ ਮੈਂ ਤੁਹਾਨੂੰ ਸਾਰੀ ਦੱਸੂਗੀ ਤੇ ਦੇਖੋ ਹੁਣ ਛਾਤੀ ਹੈਗੀ ਆ ਆ ਦਾ ਕਮੀਜ਼ ਤੋਂ ਰੱਖ ਕੇ ਪਜ ਮਾਪ ਲੈਣੇ ਨੇ ਤੇ ਇਹ 15 16 ਛਾਤੀ ਨੂੰ ਤੇ ਆ ਬਾਡੀ ਮੇਜ਼ਰਮੈਂਟ ਆ 30 ਤੋਂ 32 ਛਾਤੀ ਨੂੰ ਆਪਾਂ 10.5 ਦੇ ਉੱਤੇ ਪਲੇਟਸ ਪਾਉਣੀਆਂ ਨੇ 1.5 ਦੇ ਉੱਤੇ ਇਦਾਂ ਮੈਂ ਹੁਣ ਤੁਹਾਨੂੰ ਨਾਲ-ਨਾਲ ਇਹਦੇ ਤੇ ਮਣਕੇ ਵੀ ਦੱਸ ਦਿੰਨੀ ਆ ਆ ਦੇਖੋ ਇੱਥੋਂ ਇੱਥੋਂ ਉੱਪਰੋਂ ਲੈ ਲੈਣੀ ਆਪਾਂ ਇੰਨੀ ਕਿ 3 ਇੰਚ ਦੀ ਡਿਸਟੈਂਸ ਛੱਡ ਕੇ ਇਧਰੋਂ ਫੋਲਡ ਸਾਈਡ ਤੋਂ 3 ਇੰਚ ਦੀ ਡਿਸਟੈਂਸ ਛੱਡ ਕੇ ਇੱਥੋਂ ਕਿਤੇ ਪੈਂਚੀ ਟੇਪ ਰੱਖ ਲੈਣਾ ਆਪਾਂ ਨੇ 1.5 ਦੇ ਉੱਤੇ ਇਦਾਂ 1.5 ਦੇ ਉੱਤੇ ਨਿਸ਼ਾਨ ਲਾ ਲੈਣਾ ਇਹ 30 ਤੋਂ 32 ਛਾਤੀ ਨੂੰ ਇਦਾਂ 1.5 ਤੇ ਲਾ ਲਿਆ ਤੇ ਇਹ ਅੱਧਾ ਇੰਚ ਆਪਣਾ ਇੱਥੋਂ ਜਦੋਂ ਮੋਢਿਆਂ ਦੀ ਸੀਨ ਲੱਗੂਗੀ ਅੱਧਾ ਇੰਚ ਉਹ ਚਾਹੇ ਨਾ 10 ਇੰਚ ਦੇ ਉੱਤੇ ਪਲੇਟ ਰਹਿ ਜਾਣੀ ਆ ਤੇ ਇਧਰ ਨੂੰ ਆਪਾਂ ਨੇ 3 ਇੰਚ ਆਹ ਵਾਲੀ ਇੱਥੋਂ ਰੱਖ ਲੈਣੀ ਆ ਪੂਰੀ 3 ਇੰਚ ਇਦਾਂ ਇਹਦੇ ਤੇ ਨਿਸ਼ਾਨੀ ਲਾਉਣੀ ਆ ਆਹ ਵਾਲੀ ਨਹੀਂ ਲਾਉਣੀ ਆਪਾਂ ਇੱਥੋਂ ਲਾ ਕੇ ਨਾ 3 ਇੰਚ ਦੀ ਡਿਸਟੈਂਸ ਆ ਦੇਖੋ ਇੱਥੋਂ ਪੂਰੀ ਧਰੋ ਫੋਲਡ ਸਾਈਡ ਤੋਂ 3 ਇੰਚ ਤੋਂ ਲਾ ਕੇ ਇੱਥੇ ਲਾ ਲਈ ਤੇ ਇਧਰੋਂ ਆਪਾਂ ਨੇ ਇਸੇ ਇਸੇ ਪੁਆਇੰਟ ਤੋਂ ਆਪਾਂ 10.5 ਦੀ ਇੱਥੇ ਆਪਾਂ 1.5 ਦੇ ਉੱਤੇ ਆਪਾਂ ਇਧਰ ਨੂੰ نیچے ਨੂੰ ਪਲੇਟ ਦਾ ਨਿਸ਼ਾਨ ਲਾਤਾ ਅੱਧਾ ਇੰਚ ਵਿੱਚ ਆਜੂ 10 ਇੰਚ ਤੇ ਰਹਿ ਜੂ ਤੇ ਹੁਣ ਆਪਾਂ ਆ ਦੇਖੋ 17 ਤੇ 18 ਛਾਤੀ ਕਮੀਜ਼ ਤੋਂ ਲਿਆ ਹੋਇਆ ਤੇ ਆ ਬਾਡੀ ਮੈਜ਼ਰਮੈਂਟ ਆ ਤੇ ਇੰਨੇ ਨਾਪ ਨੂੰ ਆਪਾਂ 11.5 ਦੇ ਉੱਤੇ ਦੇਖੋ 11.5 ਦੇ ਉੱਤੇ ਆਪਾਂ ਨੇ ਪਲੋਈ ਪਾਉਣੀ ਆ ਇਦਾਂ ਹੀ ਇੱਥੋਂ ਰੱਖ ਕੇ ਹਰ ਇਧਰਲੀ ਸਾਈਡ ਤੋਂ ਜਿਵੇਂ ਇੱਥੋਂ ਰੱਖਨੇ ਜਿੱਦਾਂ ਪੌਣ ਲਾਉਨੇ ਹੁੰਦੇ ਆ ਤੇ ਆਪਾਂ 11.5 ਤੇ ਇਧਰ ਨੂੰ ਲਾਉਣੀ ਆ ਤੇ ਜਿਹੜੀ ਆ ਆਪਾਂ ਡਿਸਟੈਂਸ ਰੱਖਣੀ ਆ ਇਹ ਹੈਗੀ ਆ ਡਿਸਟੈਂਸ ਆਪਣੀ 3.5 ਠੀਕ ਆ ਆ ਹਲਕੇ 15 ਤੇ 16 30 32 ਨੂੰ ਆਪਾਂ ਨੇ 3 ਇੰਚ ਡਿਸਟੈਂਸ ਰੱਖਣੀ ਆ ਇਧਰੋਂ ਫੋਲਡ ਸਾਈਡ ਤੋਂ ਇਧਰੋਂ ਤੇ ਇਹ ਆਪਣੀ 34 ਤੋਂ 36 ਛਾਤੀ ਨੂੰ 11.5 ਤੇ ਆਪਾਂ ਥੱਲੇ ਨੂੰ ਲੰਬਾਈ ਤੇ ਪਾਉਣੀ ਆ ਇੱਧਰ ਨੂੰ ਲੰਬਾਈ ਤੇ 11.5 ਤੇ ਇੱਧਰੋਂ ਡਿਸਟੈਂਸ ਪਾ ਲਾਉਣੀ ਆ 3.5 ਤੇ ਤੇ ਹੁਣ ਆਗੇ ਇਸ ਤੋਂ ਅੱਗੇ 19 20 36 38 40 ਬੋਡੀ ਮੀਜ਼ਰਮੈਂਟ ਆ ਆ ਕਮੀਜ਼ ਵਾਲਾ ਨਾਪ ਆ ਕਮੀਜ਼ ਤੋਂ ਲਿਆ ਹੋਇਆ ਤੇ ਇਹ ਆਪਾਂ ਲਾਉਣਾ ਪੂਰੇ 12 ਦੇ ਉੱਤੇ ਇਦਾਂ ਇੱਥੋਂ ਪੂਰੇ 12 ਦੇ ਉੱਤੇ ਇਦਾਂ ਲਾ ਲੈਣੀਆਂ ਨਿਸ਼ਾਨੀ ਪੂਰੇ 12 ਤੇ ਤੇ ਇਹਦਾ ਅੱਧਾ ਇੰਚ ਆਪਣੇ ਮੋਢਿਆਂ ਚ ਆਇਨਾ ਇਹ 11.5 ਦੇ ਉੱਤੇ ਰਹਿ ਜਾਣੀਆਂ ਇਹ 19 20 36 ਤੋਂ 38 40 36 ਜਿਹੜੀ ਇਹ ਪੂਰੇ 12 ਤੇ ਲਾਉਣੀ ਆ ਇਹਦੀ ਡਿਸਟੈਂਸ ਇਧਰਲੀ ਸਾਈਡ ਤੋਂ ਜਿਹੜਾ ਆਪਾਂ ਇੱਥੋਂ ਸੁੰਦਰ ਨੇ ਨਾ ਪੂਰੇ 12 ਦੇ ਉੱਤੇ ਲਗਾ ਕੇ ਇਧਰ ਨੂੰ ਆਪਾਂ ਨੇ ਜਿਹੜੀ ਆਹ ਡਿਸਟੈਂਸ ਦੇਣੀ ਆ ਇਹ ਹੈਗੀ ਆ ਦੇਖੋ ਪੂਰੀ 3.5 ਆ ਦੇਖੋ ਪੂਰੀ 3.5 ਤੇ ਆਪਾਂ ਨੇ ਇਦਾਂ ਇਧਰੋਂ ਡਿਸਟੈਂਸ ਲਾਉਣੀ ਆ ਇਹਦੀ ਇੱਥੋਂ ਰੱਖ ਕੇ 3.5 ਦੇਤੇ ਹੁਣ ਇਸ ਤੋਂ ਅੱਗੇ ਆ ਗਿਆ ਆਪਣਾ 21 22 ਛਾਤੀ ਕਮੀਜ਼ ਤੋਂ ਰੱਖ ਕੇ 42 ਤੋਂ 44 ਬੋਡੀ ਮੀਜ਼ਰਮੈਂਟ ਆ ਇਹ ਆਪਾਂ ਨੇ 12.5 ਦੇ ਉੱਤੇ ਇਦਾਂ ਇੱਥੋਂ 12.5 ਦੇ ਉੱਤੇ ਆਪਾਂ ਨਿਸ਼ਾਨ ਲਾਉਣਾ ਇੱਧਰ ਨੂੰ ਤੇ ਇੱਧਰ ਆਪਾਂ ਇੱਧਰਲੀ ਸਾਈਡ ਤੋਂ ਆਪਾਂ ਨੇ ਕਿੰਨੀ ਲਾਉਣੀ ਆ ਡਿਸਟੈਂਸ ਕਿੰਨੀ ਦੇਣੀ ਆ ਆਪਾਂ ਨੇ ਪੌਣੇ 4 ਆ ਦੇਖੋ 21 22 ਛਾਤੀ 42 44 ਬੋਡੀ ਮੇਜ਼ਰਮੈਂਟ ਸਾਢੇ 12 ਦੇ ਉੱਤੇ ਆਪਾਂ ਨੇ ਇਹ ਨਿਸ਼ਾਨ ਲਾਉਣਾ ਤੇ ਡਿਸਟੈਂਸ ਦੇਣੀ ਆ ਪੌਣੇ 4 ਇਸ ਤੋਂ ਅੱਗੇ ਆ ਗਏ ਆਪਣਾ ਅੱਛਾ ਜਿਹੜੀ ਆਪਣੀ ਆਹ ਵਾਲੀ ਪਲੇਟ ਪਰ نیچے ਨੂੰ ਕਿੰਨੀ ਲੈ ਕੇ ਜਾਣੀ ਇੱਥੋਂ ਤਾਂ ਆਪਾਂ ਲਾ ਲਈਏ ਇੱਥੋਂ ਤਾਂ ਆਪਾਂ ਨੇ ਇਦਾਂ ਲਾ ਕੇ ਲੰਬਾਈ ਲਾ ਲਈ ਜਿੰਨੇ ਤੇ ਆਪਾਂ ਨੇ ਹੁਣ ਮੈਂ ਦੱਸਿਆ ਸੀ ਛਾਤੀ ਹਿਸਾਬ ਨਾਲ ਕਿੰਨੀ ਲੰਬਾਈ ਤੇ ਲਾਉਣੀ ਆ ਹਨਾ ਤੇ ਇੱਧਰ ਨੂੰ ਆਪਾਂ ਡਿਸਟੈਂਸ ਵੀ ਦੇਖ ਲਈ ਵੀ 7 ਤੇ 3 ਤੇ 15 16 ਛਾਤੀ ਨੂੰ 3 ਦੇ ਉੱਤੇ ਤੇ ਇਸ ਤੋਂ ਅੱਗੇ 3.5 ਤੇ ਤੇ ਆਹ ਵਾਲੀ ਆਪਾਂ ਨੇ ਹੁਣ 19 20 ਛਾਤੀ ਨੂੰ 3.5 ਦੇ ਉੱਤੇ ਇਦਾਂ ਇਧਰੋਂ ਡਿਸਟੈਂਸ ਲੈ ਲਈ ਤੇ ਜਿਹੜੀ ਆਪਾਂ ਆਹ ਲੰਬਾਈ ਪਲੋਈ ਦੀ ਲੰਬਾਈ ਲਾਉਣੀ ਆ ਆ ਦੇਖੋ ਇੱਥੋਂ ਆ ਮੈਂ 3.5 ਦਾ ਲਾਤਾ 3.5 3.5 ਆ ਦੇਖੋ ਹੁਣ ਇੱਥੋਂ ਆਹ 1.5 ਦਾ ਨਿਸ਼ਾਨ ਲਾਤਾ ਮੈਂ ਇਧਰੋਂ ਡਿਸਟੈਂਸ ਦੇਤੀ ਆਪਾਂ ਪੂਰੀ 3 ਇੰਚ ਹੁਣ ਆਪਾਂ ਨੇ ਆਹ 1.5 11 ਦਾ ਨਿਸ਼ਾਨ ਲਾਤਾ ਇਹਦੇ ਵਿੱਚ ਡਿਸਟੈਂਸ ਦੇਤੀ ਆਪਾਂ ਨੇ 11.5 ਤੋਂ 3.5 ਦੀ 3.5 ਦੀ ਡਿਸਟੈਂਸ ਦੇਤੀ ਤੇ ਹੁਣ ਆਹ ਆਪਾਂ ਨੇ 12 ਇੰਚ ਦਾ ਨਿਸ਼ਾਨ ਲਾਤਾ ਤੇ ਇਹਦੇ ਵਿੱਚ ਆਪਾਂ ਨੇ ਡਿਸਟੈਂਸ ਦੇਤੀ 12 ਤੋਂ 3.5 ਦੀ ਤੇ ਇਦਾਂ ਤੋਂ ਆਪਾਂ ਡਿਸਟੈਂਸ ਦੇਤੀ ਤੇ ਹੁਣ ਜਿਹੜੀ ਆਪਾਂ نیچے ਨੂੰ ਪਲੇਟ ਪਾਉਣੀ ਆ ਦੇਖੋ ਜੇ ਤਾਂ ਸਰੀਰ ਦੀ ਲੰਬਾਈ ਜ਼ਿਆਦਾ ਹੁੰਦੀ ਆ ਫਿਰ ਤਾਂ ਆਪਾਂ ਇਹ 7 ਇੰਚ ਦੀ ਪਲੇਟ ਪਾ ਦੇਣੀ ਆ ਇਦਾਂ ਲੰਬਾਈ 'ਚ 7 ਇੰਚ ਦੀ ਪਲੇਟ ਪਾਉਣੀ ਆ ਤੇ ਕਈ ਵਾਰੀ ਤੇਗ ਘੱਟ ਹੁੰਦਾ ਲੱਤਾਂ ਲੰਬੀਆਂ ਹੁੰਦੀਆਂ ਨੇ ਤੇ ਕਈ ਵਾਰੀ ਵੈਸੇ ਕੱਦ ਛੋਟਾ ਹੁੰਦਾ ਵਾ ਤੇ ਫਿਰ ਆਪਾਂ ਇਹ 6 ਜਾਂ 6.5 ਦੀ ਵੀ ਪਲੇਟ ਆਪਾਂ ਪਾ ਸਕਦੇ ਆ ਤੇ ਜੇਕਰ ਕਈ ਵਾਰ ਹਾਈਟ ਲੰਬੀ ਹੁੰਦੀ ਆ ਤੇ ਉਹਦੇ ਵਿੱਚ ਆਪਾਂ 7 ਇੰਚ ਦੀ 7.5 ਇੰਚ ਦੀ ਜਿਹਨ ਜਿਹੜੇ ਜਿਵੇਂ ਹਾਈਟ ਜ਼ਿਆਦਾ ਲੰਬੀ ਹੁੰਦੀ ਹੋਵੇ ਆਪਾਂ 7.5 ਦੀ ਵੀ ਪਾ ਸਕਦੇ ਆ ਤੇ ਹੁਣ ਆਪਾਂ ਇਹ 7 ਇੰਚ ਦੀ ਵੱਧ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ ਆਪਾਂ 7 ਇੰਚ ਦੀ ਇਹ ਪਲੇਟ ਪਾਉਣੀ ਆ ਜੇ ਜੇ ਕਈ ਵਾਰੀ ਕੱਦ ਬਹੁਤ ਜ਼ਿਆਦਾ ਲੰਮਾ ਹੁੰਦਾ 6 6.5 ਤੱਕ ਵੀ ਕੱਦ ਕੁੜੀਆਂ ਦੇ ਹੁੰਦੇ ਨੇ ਤੇ ਇਸ ਕਰਕੇ ਉਹ ਦੇ ਵਿੱਚ ਆਪਾਂ 7.5 ਲੈ ਕੇ ਜਾਣੀ ਹੈ ਨਹੀਂ ਤਾਂ ਵੈਸੇ ਇਹ ਆਪਾਂ 7 ਇੰਚ ਦੀ ਪਲੇਟ ਪਾਉਣੀ ਆ ਤੇ ਜੇਕਰ ਕੱਦ ਛੋਟਾ ਵਾ ਫਿਰ ਪਾਏ 6 ਇੰਚ ਦੀ ਵੀ ਲੰਬਾਈ ਕਰ ਸਕਦੇ ਆ ਪਲੇਟ ਦੀ ਤੇ ਆਮ ਮੀਡੀਅਮ ਸਾਈਜ਼ ਦੇ ਵਿੱਚ ਆਪਾਂ 6.5 ਦੀ ਪਲੇਟ ਪਾਈਏ ਤਾਂ ਬਹੁਤ ਵਧੀਆ ਪਰਫੈਕਟ ਰਹਿੰਦੀ ਆ ਤੇ ਹੁਣ ਮੈਂ ਆਪਾਂ ਇੱਕ ਲੰਬਾਈ ਦੀ ਵੀ ਲਾ ਲੈਂਦੇ ਆ ਨਿਸ਼ਾਨੀ ਆ ਦੇਖੋ ਇਹ ਆਪਾਂ ਹੁਣ 7 ਇੰਚ ਦੀ ਪਲੇਟ ਦੀ ਲੰਬਾਈ ਲਾ ਲਈ ਆ ਇਹ ਆਪਾਂ ਲੰਬਾਈ ਹੁਣ ਮੈਂ ਤੁਹਾਨੂੰ ਦੱਸਿਆ ਵੀ ਮੀਡੀਅਮ ਸਾਈਜ਼ ਦੇ ਵਿੱਚ ਆਪਾਂ 6.5 ਰੱਖਣੀ ਆ ਤੇ ਜੇ ਜ਼ਿਆਦਾ ਕੱਦ ਲੰਬਾ ਵਾ ਤਾਂ 7 ਇੰਚ ਰੱਖ ਲਓ ਤੇ ਜੇਕਰ ਕੱਦ ਜ਼ਿਆਦਾ ਛੋਟਾ ਵਾ ਫਿਰ ਆਪਾਂ 6 ਇੰਚ ਦੀ ਹੋਈ ਬਾਧੂ ਆ ਪਲੇਟ ਆਪਾਂ ਨੂੰ ਤੇ ਹੁਣ ਇਹ ਆਪਾਂ ਦੇਖ ਲਈਏ ਨਾ ਇੰਨੇ ਇੱਕ ਇਹਦੇ ਵਿੱਚ ਹੁਣ ਆਪਣੇ ਅੱਧੂ ਅਗਲੀ ਛਾਤੀ ਆ ਗਈ ਆਹ 23 ਤੋਂ 24 ਕਮੀਜ਼ ਦਾ ਨਾਪ ਤੇ ਆ ਬੋਡੀ ਮੇਜ਼ਰਮੈਂਟ ਇਹ ਆਪਾਂ ਨੇ ਇਹ ਵੀ 12.5 ਤੇ ਹੀ ਪਾਉਣੀ ਆ ਜ਼ਿਆਦਾਤਰ 12 ਦਾ ਹੀ ਨਾਪ ਜਦੋਂ ਇੱਥੋਂ 21 22 ਛਾਤੀ ਤੋਂ ਲੈ ਕੇ 12 ਦਾ ਨਾਪ ਇੱਥੇ 50 52 ਬੋਡੀ ਮੀਜ਼ਰਮੈਂਟ ਤੱਕ ਵੀ 12 ਦਾ ਨਾਪ ਬਿਲਕੁਲ ਸਹੀ ਰਹਿੰਦਾ ਵਾ ਤੇ ਜਦੋਂ ਫਿਰ 27 28 ਜ਼ਿਆਦਾ ਭਾਰੀ ਨਾਪ ਹੋ ਜਵੇ ਤੇ ਇਹ 27 28 ਨਾਪ ਇੱਥੇ ਤੱਕ ਬੋਡੀ ਮੀਜ਼ਰਮੈਂਟ ਆ ਫੇਰ ਆਪਾਂ 13 ਤੱਕ ਵੀ ਆਪਾਂ ਪਲੇਟ ਨੂੰ ਲਿਜਾ ਸਕਦੇ ਆ ਤੇ ਫੇਰ ਡਿਸਟੈਂਸ ਆਪਾਂ 4.5 ਦੀ ਦੇ ਦੇਣੀ ਹੈ ਤੇ 4.5 ਦੀ ਜਿਵੇਂ ਹੁਣ ਉਹ ਆਪਣਾ ਆ ਚੀਜ਼ ਜ਼ਿਆਦਾ ਵੱਧ ਜਾਂਦੀ ਹੈ ਨਾ ਇੰਨੀ ਕਾਫੀ ਇੱਥੇ ਤੱਕ ਚਲੀ ਜਾਂਦੀ ਹੈ ਕਮਰ ਵੀ ਜ਼ਿਆਦਾ ਹੋ ਜਾਂਦੀ ਹੈ ਫੇਰ ਆਪਣੀ ਆ ਡਿਸਟੈਂਸ ਵੀ ਜ਼ਿਆਦਾ ਵੱਧ ਜਾਂਦੀ ਹੈ ਫੇਰ ਆਪਾਂ 4.5 ਦੀ ਭਾਰੀ ਤੋਂ ਭਾਰੀ ਨਾਪ ਵਿੱਚ ਜਦੋਂ ਆ ਵਾਲੇ ਭਾਰੀ ਨਾਪ ਤੋਂ ਬਾਅਦ ਆ ਦੇਖੋ 27 28 ਛਾਤੀ ਹੋਵੇ ਕਮੀਜ਼ ਤੋਂ ਤੇ 54 56 છાતી બોડી મેઝરમેન્ટ ਹੋਵੇ ਫਿਰ ਆਪਾਂ 13 ਤੇ ਤਾਂ ਆਪਾਂ ਇਦਾਂ ਆ ਲੰਬਾਈ ਲੈ ਆਉਣੀ ਆ 13 ਇੰਚ ਦੇ ਉੱਤੇ ਤੇ ਆਹ ਡਿਸਟੈਂਸ ਆਪਾਂ 4.5 ਦੀ ਕਰ ਦੇਣੀ ਆ ਫਿਰ ਇਹ ਇਧਰ ਨੂੰ ਡਿਸਟੈਂਸ ਜਿਹੜੀ ਵਿਚਕਾਰ ਹੋਊਗੀ ਇਹ 9 ਇੰਚ ਤੇ ਹੋਊਗੀ ਇਹ ਪਾਰੀ ਨਾਲਪ ਦੇ ਵਿੱਚ ਆਪਾਂ ਨੇ ਇਦਾਂ ਕਰਨਾ ਤੇ ਆ ਦੇਖੋ 25 26 ਕਮੀਜ਼ ਤੋਂ ਲਿਆ ਆ 50 52 ਇਹ ਆਪਾਂ 12.5 ਦੇ ਉੱਤੇ ਲੰਬਾਈ ਦੇ ਉੱਤੇ ਪਾਉਣੀ ਆ ਨਿਸ਼ਾਨ ਲਾਉਣਾ ਤੇ ਡਿਸਟੈਂਸ ਆਪਾਂ ਨੇ ਪੂਰੇ 4 ਦਾ ਦੇਣਾ ਤੇ 23 24 ਕਮੀਜ਼ ਦਾ ਬੋਡੀ ਕਮੀਜ਼ ਤੋਂ ਨਾਪ ਲਿਆ ਹੋਇਆ ਤੇ 46 48 ਬੋਡੀ ਮੇਜ਼ਰਮੈਂਟ ਇਹ ਵੀ ਆਪਾਂ 12.5 ਤੇ ਆਹ ਵਾਲੀ ਆਪਾਂ ਨੇ ਲੰਬਾਈ ਲਾਉਣੀ ਆ 12.5 ਦੇ ਉੱਤੇ ਤੇ ਡਿਸਟੈਂਸ ਦੇਣੀ ਆ ਆਪਾਂ ਨੇ ਇਹਦੀ ਪੂਰੇ 4 ਦੀ ਤੇ 21 22 ਛਾਤੀ ਤੇ 42 44 ਬੋਡੀ ਮੈਜ਼ਰਮੈਂਟ ਆਏ 12.5 ਦੇ ਉੱਤੇ ਆਪਾਂ ਪਲੇਟ ਪਾਉਣੀ ਆ ਤੇ ਆਹ ਡਿਸਟੈਂਸ ਜਿਹੜੀ ਆਪਾਂ ਨੇ ਪਾਉਣੀ 4 ਦੀ ਠੀਕ ਆ ਨਾ ਤੇ ਹੁਣ ਦੇਖੋ ਬਿਲਕੁਲ ਹਲਕੇ ਨਾਪ ਦੇ ਵਿੱਚ ਜੇਕਰ ਬਿਲਕੁਲ ਜਵਾਕੜੀ ਦਾ ਹੀ ਕਿਸੇ ਦਾ ਸਿਆਉਣਾ ਨਾ ਪੈਸਾ ਪਲੇਟਾਂ ਪੈਂਦੀਆਂ ਹੀ ਨਹੀਂ ਹੈਗੀਆਂ ਪਤਲੀਆਂ ਛੋਟੀਆਂ ਜਵਾਕੜੀਆਂ ਦੇ ਪੈਂਦੀਆਂ ਹੀ ਨਹੀਂ ਹੈਗੀਆਂ ਤੇ ਜੇਕਰ ਪਰੇ ਪਲੇਟ ਪੌਣੀ ਵੀ ਹੋਵੇ ਕੋਈ ਪਤਲੇ ਪਤਲੀਆਂ ਕੁੜੀਆਂ ਦੇ ਉਹਨਾਂ ਦੇ 9 ਇੰਚ ਦੇ ਵਿੱਚ ਵੀ ਪਲੇਟ ਪੈ ਜਾਂਦੀ ਆ ਤੇ ਆਪਾਂ ਵੈਸੇ 15 16 ਛਾਤੀ ਤੋਂ ਪਾਈ ਆ 10.5 ਤੋਂ 10.5 ਦੀ ਪਲੇਟ ਇਹਦੇ ਵਿੱਚ ਇਦਾਂ ਇੰਚੁੱਤੇ ਆ ਇਹਨਾਂ 10 ਇੰਚ ਤੇ ਰਹਿ ਜਾਣੀ ਆ ਤੇ ਇਸ ਹਿਸਾਬ ਦੇ ਨਾਲ ਆਪਾਂ ਇਹਦੀ ਇਦਾਂ ਕਰੋ ਸਕਰੀਨ ਸ਼ਾਟ ਖਿੱਚ ਲਓ ਜੇਕਰ ਸਾਫ ਜੀ ਆਉਂਦੀ ਆ ਤੇ ਫਿਰ ਇਸ ਹਿਸਾਬ ਨਾਲ ਤੁਸੀਂ ਆਪਣੀ ਛਾਤੀ ਦੇ ਹਿਸਾਬ ਨਾਲ ਆਪਣਾ ਨਿਸ਼ਾਨ ਲਗਾ ਸਕਦੇ ਹੋ ਤੇ ਜੇਕਰ ਨਾ ਵੀ ਸਮਝ ਆਈ ਨਾ ਕਿਤੋਂ ਵੀ ਤਾਂ ਮੇਰੇ ਤੋਂ ਦੁਬਾਰਾ ਹੋਰ ਪੁੱਛ ਲਓ ਕਈ ਵਾਰੀ ਦੱਸਦੇ ਦੱਸਦੇ ਕੋਈ ਨਾ ਕੋਈ ਗੱਲ ਰਹਿ ਜਾਂਦੀ ਆ ਮੈਂ ਤਾਂ ਜਾਨੀ ਪੂਰੀ ਕੋਸ਼ਿਸ਼ ਕਰਦੀ ਆ ਫੇਰ ਵੀ ਕੋਈ ਨਾ ਕੋਈ ਹੁਣਤਾ ਹੀ ਰਹੀ ਜਾਂਦੀ ਹੁੰਦੀ ਆ ਤੇ ਕੋਈ ਗੱਲ ਦੱਸਣ ਤੋਂ ਰਹਿ ਗਈ ਹੋਵੇ ਤਾਂ ਮੈਨੂੰ ਕਮੈਂਟ ਕਰ ਦਿਓ ਜਰੂਰ ਮੈਂ ਦੁਬਾਰਾ ਫੇਰ ਬਣਾ ਦੂੰਗੀ ਜਾਂ ਮੈਨੂੰ ਇੱਥੇ ਕੋਈ ਨਿਸ਼ਾਨ ਲਾਉਣ ਦੇ ਵਿੱਚ ਤੁਹਾਨੂੰ ਕੋਈ ਨਾ ਸਮਝ ਆਈ ਹੋਵੇ ਤਾਂ ਮੈਨੂੰ ਕਮੈਂਟ ਜਰੂਰ ਕਰ ਦਿਓ ਮੈਂ ਫੇਰ ਦੁਬਾਰਾ ਬਣਾ ਦੂੰਗੀ ਹਾਂਜੀ ਕਿੱਦਾਂ ਲੱਗੀ ਵੀਡੀਓ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂਜੀ ਧੰਨਵਾਦ ਜੀ